ਰਿਵਨ ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਤੇ ਜਿਵੇਂ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਭਰਤੀ ਆਊਟ ਹੋਣ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਸਾਰੇ ਕਨਸਟੇਬਲ ਐਂਡ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਣੀ ਹੈ ਸੋ ਉਹਦੇ ਤੇ ਹੀ ਡਿਪੈਂਡੈਂਟ ਆਪਾਂ ਅੱਜ ਦਾ ਮੌਕ ਟੈਸਟ ਲੈ ਕੇ ਆਏ ਹਾਂ ਜਿਹਦੇ ਵਿੱਚ ਪੰਜਾਬੀ ਗ੍ਰਾਮਰ ਪੰਜਾਬ ਜੀਕੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੁਝ ਇਹ ਕੁਐਸਚਨਸ ਨੇ ਜੋ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਸੋ ਤੁਸੀਂ ਆਪਣੀ ਤਿਆਰੀ ਦਾ ਲੈਵਲ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਜਿਹੜੀ ਤਿਆਰੀ ਹੈ ਉਹ ਕਿੰਨੀ ਕੁ ਹੋ ਚੁੱਕੀ ਹੈ ਸੋ ਜਿਹੜੇ ਨਵੇਂ ਸਟੂਡੈਂਟਸ ਸਾਡੇ ਨਾਲ ਫਸਟ ਟਾਈਮ ਜੁੜੇ ਨੇ ਉਹਨਾਂ ਦੇ ਲਈ ਵੀ ਇਹ ਵੀਡੀਓ ਇੰਪੋਰਟੈਂਟ ਰਹੇਗੀ ਤੇ ਜਿਹੜੇ ਬੱਚੇ ਕਾਫੀ ਟਾਈਮ ਤੋਂ ਤਿਆਰੀ ਕਰ ਰਹੇ ਨੇ ਉਹਨਾਂ ਦੀ ਵੀ ਇਹ ਵਧੀਆ ਪ੍ਰੇਪਰੇਸ਼ਨ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਸੋ ਦੇਖ ਲੈਂਦੇ ਹਾਂ ਅੱਜ ਦਾ ਵੀਡੀਓ ਫਸਟ ਕੁਐਸਚਨ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਆਪਸ਼ਨਸ ਨੇ ਦੇਵਨਾਗਰੀ ਗੁਰਮੁਖੀ ਰੋਮਨ ਜਾਂ ਪਵਦੀ ਪੰਜਾਬੀ ਭਾਸ਼ਾ ਦੀ ਲਿਪੀ ਜਿਵੇਂ ਕਿ ਸਾਰੇ ਸਟੂਡੈਂਟਸ ਨੂੰ ਪਤਾ ਹੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਹੈ ਸਾਡੀ ਗੁਰਮੁਖੀ ਸੋ ਸਾਡਾ ਰਾਈਟ ਆਨਸਰ ਹੈ ਗੁਰਮੁਖੀ ऑप्शन नंबर टू साढ़ा राइट आंसर है पंजाबी भाषा की लिपि है गुरमुखी नैक्सट क्वेश्चन है पंजाबी भाषा की केंद्रीय जाटकसाली बोली है सो जोड़े बच्चे काफ़ी टाइम तो प्रिपरेशन कर रहे हैं उन्होंने लिए ईजी क्वेश्चन है केंद्रीय जाटकसाली बोली कि भाषा की मलवई माझी पोठोहारी या दुआबी सो साडा राइट आंसर है ऑप्शन बी माझी भाषा की केंद्रीय जाटकसाली बोली है राइट आंसर है साड़ा माझी ਥਰਡ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀ ਬੋਲੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਸੋ ਪੰਜਾਬ ਦੇ ਵਿੱਚ ਕਿਹੜੀ ਪੋਲੀ ਨਹੀਂ ਬੋਲੀ ਜਾਂਦੀ ਮਾਜੀ ਮਲਵਈ ਪੁਆਦੀ ਜਾਂ ਪੋਠੋਹਾਰੀ ਸੋ ਸਟੂਡੈਂਟਸ ਨੂੰ ਪਤਾ ਹੀ ਹੈ ਕਿ ਜਿਹੜੀਆਂ ਉੱਪਰ ਲੀਆਂ ਤਿੰਨੋਂ ਉਪ ਬੋਲੀਆਂ ਨੇ ਤਿੰਨੋਂ ਹੀ ਪੰਜਾਬ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਪਰ ਜਿਹੜੀ ਪੋਠੋਹਾਰੀ ਹੈ ਇਹ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਸੋ ਸਾਡਾ ਰਾਈਟ ਆਨਸਰ ਹੋ ਗਿਆ ਪੋਠੋਹਾਰੀ ਸਾਡੇ ਭਾਰਤੀ ਪੰਜਾਬ ਦੇ ਵਿੱਚ ਇਹ ਬੋਲੀ ਨਹੀਂ ਬੋਲੀ ਜਾਂਦੀ ਹੇੜ ਲਿਖਿਆਂ ਵਿੱਚੋਂ ਕਿਸ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ ਸੋ ਇਹ ਜਿਹੜੇ ਕੁਐਸਚਨਸ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਵੀ ਕਾਫੀ ਸਾਰੇ ਕੁਐਸਚਨਸ ਨੇ ਬਿਰਹਾ ਦਾ ਕਵੀ ਕਿਹਨੂੰ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਭਾਈ ਵੀਰ ਸਿੰਘ surjeet patar ਜਾਂ ਫਿਰ pritam singh safir ਇਹਨਾਂ ਵਿੱਚੋਂ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ ਸਾਡਾ ਰਾਈਟ ਆਨਸਰ ਹੈ অপਸ਼ਨ ਨੰਬਰ 1 शिव कुमार बटालावी नेक्स्ट क्वेश्चन है क्वेश्चन नंबर 5 ਇਹਨਾਂ ਵਿੱਚੋਂ ਕਿਸ ਸਾਹਿਤਕਾਰ ਨੂੰ ਪੰਜਾਬੀ ਦਾ ਬਾਬਾ ਬੋਹੜ ਕਹਿੰਦੇ ਹਨ ਪੰਜਾਬੀ ਦਾ ਬਾਬਾ ਬੋਹੜ ਕਿੰਨੂੰ ਕਿਹਾ ਜਾਂਦਾ ਹੈ ਸੋ ਇਹ ਕੁਐਸਚਨ ਤੁਸੀਂ ਕਾਫੀ ਸਾਰੇ ਐਗਜ਼ਾਮਸ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਨਾਨਕ ਸਿੰਘ ਬਲਵੰਦ ਗਾਰਗੀ ਸੰਤ ਸਿੰਘ ਸੇਖੋ ਜੱਜਵੰਤ ਸਿੰਘ ਕਵਲ ਰਾਈਟ ਆਨਸਰ ਹੈ অপਸ਼ਨ 3 ਸੰਤ ਸਿੰਘ ਸੇਖੋ ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ ਠੀਕ ਹੈ ਜੀ ਇਹਨਾਂ ਨੂੰ ਬਾਬਾ ਬੋਹੜ ਕਿਹਾ ਜਾਂਦਾ ਹੈ ਪੰਜਾਬੀ ਦਾ ਰਾਈਟ ਆਨਸਰ ਹੈ ਸਾਡਾ ਸੰਤ ਸਿੰਘ ਸੇਖੋ অপਸ਼ਨ ਨੰਬਰ ਸੀ ਕਿਸ ਨੂੰ ਪੰਜਾਬੀ ਕਾਵੀ ਦਾ ਪਿਤਾਮਾ ਕਿਹਾ ਜਾਂਦਾ ਹੈ ਜੇ ਪੰਜਾਬੀ ਕਵਿਤਾ ਦੀ ਗੱਲ ਕਰੀਏ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਨਾਂ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਬਾਬਾ ਫਰੀਦ ਜੀ ਵਾਰਿਸ ਸ਼ਾਹ ਜੀ ਜਾਂ ਗੁਰੂ ਅਰਜੁਨ ਦੇਵ ਜੀ ਪੰਜਾਬੀ ਕਵਿਤਾ ਜੀ ਦੇ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਕਵਿਤਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਬਾਬਾ ਫਰੀਦ ਜੀ ਨੂੰ ਰਾਈਟ ਸਾਈਡ ਦਾ ਆਨਸਰ ਹੈ অপਸ਼ਨ ਨੰਬਰ 2 ਬਾਬਾ ਫਰੀਦ ਠੀਕ ਹੈ ਜੀ ਤੇ ਇਹਨਾਂ ਨੂੰ ਪੰਜਾਬੀ ਕਵਿਤਾਵਾਂ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਪੰਜਾਬੀ ਕਵਿਤਾਵਾਂ ਦਾ ਜਿਹੜਾ ਸਫਰ ਹੈ ਉਹ ਬਾਬਾ ਫਰੀਦ ਜੀ ਤੋਂ ਹੀ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ਸੋ ਪਰ ਆਪਾਂ ਕਵਿਤਾਵਾਂ ਦੀ ਗੱਲ ਕੀਤੀ ਹੁਣ ਗੱਲ ਆ ਰਹੀ ਹੈ ਨਾਵਲ ਦੀ ਕਿਹ ਜੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਨਾਨਕ ਸਿੰਘ ਸੰਤ ਸਿੰਘ ਸੇਖੋ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਫੁੱਲ ਸੋ ਦਾ ਰਾਈਟ ਆਨਸਰ ਸਾਡਾ ਕੀ ਹੈ ਸਾਡਾ ਰਾਈਟ ਆਨਸਰ ਹੈ ਨਾਨਕ ਸਿੰਘ ਠੀਕ ਹੈ ਸੋ ਜੇਕਰ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਕਿ ਕਵਿਤਾਵਾਂ ਨੇ ਨਾਵਲ ਨੇ ਪੁਸਤਕਾਂ ਨੇ ਕਹਾਣੀਆਂ ਨੇ ਠੀਕ ਹੈ ਜੀ ਸੋ ਤੁਸੀਂ ਇਹਦੇ ਲਈ ਇੱਕ ਟ੍ਰਿਕ ਵੀ ਯਾਦ ਰੱਖ ਸਕਦੇ ਹੋ ਜਿਵੇਂ ਕਿ ਨਾਵਲ ਨੰਨੇ ਤੋਂ ਸਟਾਰਟ ਹੋ ਰਿਹਾ ਹੈ ਤੇ ਨਾਨਕ ਸਿੰਘ ਜੀ ਦਾ ਨਾਮ ਵੀ ਨੰਨੇ ਤੋਂ ਸਟਾਰਟ ਹੈ ਸੋ ਇਸ ਟ੍ਰਿਕ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਕਿ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਦੇਖ ਲੈਂਦੇ ਆ ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਜੀ ਸੋ ਨਾਵਲ ਤੇ ਨਾਟਕ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ ਹੁਣ ਨਾਟਕਾਂ ਦੀ ਗੱਲ ਆ ਰਹੀ ਹੈ ਨਾਟਕ ਜਿਹੜੇ ਮੰਚ ਤੇ ਪਰਫਾਰਮ ਕੀਤੇ ਜਾਂਦੇ ਨੇ ਬਲਵੰਤ ਗਾਰਗੀ ਆਈਸੀ ਨੰਦਾ ਗੁਰਚਰਨ ਸਿੰਘ ਜਸੂਜਾ ਜਾਂ ਸੰਤ ਸਿੰਘ ਸੇਖੋ ਸੋ ਉੱਪਰ ਆਪਾ ਪੜ੍ਹ ਕੇ ਆਏ ਆ ਸੰਤ ਸਿੰਘ ਸੇਖੋ ਜੀ ਜਿਨ੍ਹਾਂ ਨੂੰ ਬਾਬਾ ਬੋੜ ਕਿਹਾ ਜਾਂਦਾ ਹੈ ਸੋ ਕੁਐਸਚਨ ਦੇ ਵਿੱਚ ਨਾਟਕ ਦਾ ਪਿਤਾਮਾ ਕਿਹਾ ਗਿਆ ਹੈ ਸੋ ਇਹ ਜਿਹੜਾ ਕੁਐਸਚਨ ਹੈ ਤੁਸੀਂ ਯਾਦ ਰੱਖਣਾ ਹੈ ਪੰਜਾਬੀ ਨਾਟਕ ਦੇ ਪਿਤਾਮਾ ਕੌਣ ਨੇ ਆਈਸੀ ਨੰਦਾ ਜੀ ਇਹਨਾਂ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ ਉੱਪਰ ਆਪਾ ਪੜਿਆ ਨਾਵਲ ਨਾਵਲ ਦੇ ਪਿਤਾਮਾ ਨੇ ਨਾਨਕ ਸਿੰਘ ਜੀ ਸੋ ਜੇਕਰ ਆਪਾਂ ਕਵਿਤਾਵਾਂ ਦੀ ਗੱਲ ਕਰ ਰਹੀ ਸੀ ਕਵਿਤਾਵਾਂ ਦੇ ਪਿਤਾਮਾ ਨੇ ਬਾਬਾ ਫਰੀਦ ਜੀ ਨੈਕਸਟ ਕੁਐਸਚਨ ਦੇਖ ਲੈਂਦੇ ਆ ਕਿਹੜੀਆਂ ਉਪ ਬੋਲੀਆਂ ਪਾਕਿਸਤਾਨੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ ਠੀਕ ਹੈ ਜੀ ਉਪ ਬੋਲੀਆਂ ਦੀ ਗੱਲ ਹੋ ਰਹੀ ਹੈ ਪੋਠੋਹਾਰੀ ਮੁਲਤਾਨੀ ਪੁਆਦੀ ਉੱਪਰ ਲੀਆਂ ਊੜਾ ਤੇ ਐੜਾ ਸੋ ਇਹਨਾਂ ਦੇ ਵਿੱਚੋਂ ਜੇਕਰ ਆਪਾਂ ਉਪ ਬੋਲੀਆਂ ਦੀ ਗੱਲ ਕਰੀਏ ਤਾਂ ਪੁਆਦੀ ਤੁਸੀਂ ਸੁਣਿਆ ਹੋਵੇਗਾ ਇਹ ਆਪਣੇ ਭਾਰਤੀ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਜਿਹੜੀਆਂ ਅਗਲੀਆਂ ਦੋ ਬੋਲੀਆਂ ਦੀ ਗੱਲ ਕੀਤੀ ਗਈ ਹੈ ਪੋਠੋਹਾਰੀ ਅਤੇ ਮੁਲਤਾਨੀ ਇਹ ਜੜੀਆਂ ਉਪ ਬੋਲੀਆਂ ਨੇ ਇਹ ਪਾਕਿਸਤਾਨੀ ਪੰਜਾਬ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਸੋ ਸਾਡਾ ਰਾਈਟ ਆਨਸਰ ਕੀ ਹੈ ਦੋਨੋਂ ਹੀ ਜਿਹੜੇ ਨੇ ਆਨਸਰ ਸਹੀ ਨਹੀਂ ਉੱਪਰ ਲੀਆਂ ਊੜਾ ਤੇ ਐੜਾ ਜੜੀਆਂ ਦੋਨੋਂ ਹੀ ਨੇ ਇਹ ਦੋਨੋਂ ਹੀ ਪੋਠੋਹਾਰੀ ਅਤੇ ਮੁਲਤਾਨੀ ਪਾਕਿਸਤਾਨੀ ਪੰਜਾਬ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਉਪ ਬੋਲੀਆਂ ਹਨ ਪੈਰੀ ਬਿੰਦੀ ਵਾਲੇ ਅੱਖਰ ਮਿਲਾ ਕੇ ਗੁਰਮੁਖੀ ਵਰਣਮਾਲਾ ਵਿੱਚ ਇਸ ਵੇਲੇ ਕੁੱਲ ਕਿੰਨੇ ਅੱਖਰ ਹਨ ਠੀਕ ਹੈ ਜੀ ਸੋ ਸਾਰੇ ਸਟੂਡੈਂਟਸ ਨੂੰ ਪਤਾ ਹੈ ਕਿ ਪੰਜਾਬੀ ਜਿਹੜੀ ਲਿਪੀ ਹੈ ਪੰਜਾਬੀ ਜਿਹੜੀ ਵਰਣਮਾਲਾ ਹੈ ਠੀਕ ਹੈ ਜੀ ਇਸ ਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਪੰਜਾਬੀ ਵਰਣਮਾਲਾ ਨੂੰ ਗੁਰਮੁਖੀ ਵਰਣਮਾਲਾ ਨੂੰ 35 ਅਖਰੀ ਕਿਹਾ ਜਾਂਦਾ ਹੈ ਪਰੰਤੂ ਬਾਅਦ ਵਿੱਚ ਇਸ ਦੇ ਵਿੱਚ 6 ਜਿਹੜੇ ਨਵੇਂ ਅੱਖਰ ਐਡ ਕੀਤੇ ਗਏ ਸੀ ਪੈਰੀ ਬਿੰਦੀ ਵਾਲੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਟੋਟਲ ਸੰਖਿਆ ਹੈ ਉਹ ਕਿੰਨੀ ਹੋ ਗਈ ਹੈ 41 ਠੀਕ ਹੈ ਸੋ ਇਜ਼ੀ ਕੁਐਸਚਨ ਹੈ ਸਿੰਪਲ ਹੈ ਕਾਫੀ ਪਪੂਲਰ ਹੈ ਪਰ ਫੀਵੀ ਅਜਿਹੇ ਕੁਐਸਚਨ ਐਗਜ਼ਾਮਸ ਦੇ ਵਿੱਚ ਸਪੈਸ਼ਲੀ ਪੀ ਟ੍ਰਿਪਲ ਐਸ ਬੋਰਡ ਵੱਲੋਂ ਜਿਹੜੇ ਐਗਜ਼ਾਮ ਲਏ ਜਾਂਦੇ ਆ ਉਹਦੇ ਵਿੱਚ ਅਜਿਹੇ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਸੋ ਸਾਡਾ ਰਾਈਟ ਆਨਸਰ ਕੀ ਹੈ 41 ਪੈਰੀਂ ਬਿੰਦੀ ਵਾਲੇ ਅੱਖਰਾਂ ਦੇ ਮਿਲਾ ਲਈਏ ਤਾਂ ਗੁਰਮੁਖੀ ਵਰਣਮਾਲਾ ਦੇ ਵਿੱਚ ਕਿੰਨੇ ਅੱਖਰ ਨੇ 41 ਅੱਖਰ ਨੈਕਸਟ ਕੁਐਸਚਨ ਹੈ ਜੋ ਅੱਖਰ ਪੈਰਾਂ ਦੇ ਵਿੱਚ ਲਿਖੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੋ ਪੰਜਾਬੀ ਦੇ ਵਿੱਚ ਤੁਸੀਂ ਅੱਖਰ ਦੇਖੇ ਹੋਣੇ ਜਿਵੇਂ ਕਿ ਹਾਹਾ ਹੋ ਗਿਆ ਰਾਰਾ ਹੋ ਗਿਆ ਜਾਂ ਵਾਵਾ ਹੋ ਗਿਆ ਇਹ ਤਿੰਨ ਅਜਿਹੇ ਅੱਖਰ ਆ ਜਿਹੜੇ ਕੀ ਹੋਰ ਪੰਜਾਬੀ ਅੱਖਰਾਂ ਦੇ ਪੈਰਾਂ ਦੇ ਵਿੱਚ ਲੱਗਦੇ ਆ ਜਿੱਦਾਂ ਜੇਕਰ ਗੱਲ ਕਰ ਲਈਏ ਕਿਸੇ ਵੀ ਅੱਖਰ ਦੀ ਲਿਖਿਆ ਹੋਵੇ ਧਰੂਵ ਧਰੂਵਤਾਰਾ ਠੀਕ ਹੈ ਜੀ ਸੋ ਦੇ ਵਿੱਚ ਰਾਰਾ ਜਿਹੜਾ ਹੈਗਾ ਆ ਉਹ ਪੈਰ ਦੇ ਵਿੱਚ ਲੱਗਾ ਹੁੰਦਾ ਆ ਜਾਂ ਫਿਰ ਪ੍ਰਾਣ ਲਿਖਿਆ ਹੋਵੇ ਪ੍ਰਾਣ ਇਹਦੇ ਵਿੱਚ ਵੀ ਰਾਰਾ ਜੋ ਆ ਉਹ ਪੈਰ ਦੇ ਵਿੱਚ ਲੱਗਿਆ ਗਿਆ ਵਾਵਾ ਵੀ ਪੈੜ ਦੇ ਵਿੱਚ ਲੱਗਦਾ ਆ ਹਾਹਾ ਵੀ ਲੱਗਦਾ ਹੈਗਾ ਇਨ੍ਹਾਂ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਪੈਰ ਅੱਖਰ ਦੁੱਤ ਅੱਖਰ ਵਰਣ ਅੱਖਰ ਜਾਂ ਵਿਅੰਜਨ ਰਾਈਟ ਆਨਸਰ ਹੈ ਸਾਡਾ ਦੁੱਤ ਅੱਖਰ ਸੋ ਜਿਹੜੇ ਕੁਐਸਚਨ ਆਪਾਂ ਇਨਕਲੂਡ ਕੀਤੇ ਨੇ ਇਸ ਮੌਕ ਟੈਸਟ ਦੇ ਵਿੱਚ ਪੰਜਾਬੀ ਗ੍ਰਾਮਰ ਦੇ ਵੀ ਇਨਕਲੂਡਡ ਨੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਪੰਜਾਬੀ ਸੱਭਿਆਚਾਰ ਦੇ ਕਵਿਤਾਵਾਂ ਨਾਲ ਰਿਲੇਟਡ ਪੰਜਾਬੀ ਸਾਹਿਤ ਦੇ ਨਾਲ ਰਿਲੇਟਡ ਸਾਰੇ ਕੁਐਸਚਨਸ ਨੂੰ ਮਿਕਸ ਕਰਕੇ ਲਿਆਂਦਾ ਗਿਆ ਹੈ ਪੰਜਾਬੀ ਵਿੱਚ ਐਬਸਰਡ ਥੀਏਟਰ ਦਾ ਸੰਚਾਲਕ ਹੈ ਐਬਸਰਡ ਥੀਏਟਰ ਪੰਜਾਬੀ ਵਿੱਚ ਜਿਹੜਾ ਐਬਸਰਡ ਥੀਏਟਰ ਹੈ ਦਾ ਸੰਚਾਲਕ ਕੌਣ ਹੈ ਸੰਚਾਲਕ ਬਾਰੇ ਪੁੱਛਿਆ ਗਿਆ ਹੈ ਇਹ ਜਿਹੜਾ ਵਰਡ ਹੈ ਐਬਸਰਡ ਥੀਏਟਰ ਤੁਸੀਂ ਬਹੁਤ ਵਾਰ ਪੰਜਾਬੀ ਗ੍ਰਾਮਰ ਪੜ੍ਹਦੇ ਹੋਏ ਜਾਂ ਪੰਜਾਬੀ ਸੱਭਿਆਚਾਰ ਦੀਆਂ ਬੁੱਕਸ ਪੜ੍ਹਦੇ ਹੋਏ ਜ਼ਰੂਰ ਪੜਿਆ ਹੋਵੇਗਾ ਗੁਰਸ਼ਰਨ ਸਿੰਘ ਬਲਵੰਤ ਗਾਰਗੀ ਸੁਰਜੀਤ ਸਿੰਘ ਸੇਠੀ ਜਾਂ ਡਾਕਟਰ ਅਮਰਜੀਤ ਰਾਈਟ ਆਨਸਰ ਹੈ ਐਬਸਰਡ تھیਟਰ ਦਾ ਸੰਚਾਲਕ ਹੈ surjit singh sethi ji ਸੋ ਇਹ ਜਿਹੜਾ ਕੁਐਸਚਨ ਹੈ ਇਹਨੂੰ ਤੁਸੀਂ ਯਾਦ ਕਰ ਲੈਣਾ ਹੈ ਐਬਸਰਡ تھیਟਰ ਦਾ ਸੰਚਾਲਕ ਕੌਣ ਹੈ surjit singh sethi ji ਨੂੰ ਕਿਹਾ ਜਾਂਦਾ ਹੈ ਸੰਚਾਲਕ ਐਬਸਰਡ تھیਟਰ ਦਾ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਸ਼ੇਖ ਫਰੀਦ ਜੀ ਦਾ ਕਿਸ ਸਿਲਸਿਲੇ ਨਾਲ ਸੰਬੰਧ ਸੀ ਸੋਹਰਾਵਾਰਦੀ ਨਕਸ਼ਬੰਦੀ ਚਿਸ਼ਤੀ ਜਾਂ ਚਿਸ਼ਤ ਸਾਬਰੀ ਸੋ ਇਹੜਾ ਕੁਐਸਚਨ ਹੈ ਇਹ ਵੀ ਕਾਫੀ ਸਟੂਡੈਂਟਸ ਨੂੰ ਇਹਦਾ ਆਨਸਰ ਪਤਾ ਹੋਵੇਗਾ ਜ਼ਰੂਰ ਸ਼ੇਖ ਫਰੀਦ ਜੀ ਕਿਹੜੇ ਸਿਲਸਿਲੇ ਨਾਲ ਸੰਬੰਧ ਰੱਖਦੇ ਸੀ ਰਾਈਟ ਆਨਸਰ ਹੈ ਚਿਸ਼ਤੀ ਸ਼ੇਖ ਫਰੀਦ ਜੀ ਚਿਸ਼ਤੀ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਸੀ ਨੈਕਸਟ ਕੁਐਸਚਨ ਦੇਖ ਲੈਂਦੇ ਆ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਸ ਨੂੰ ਮੰਨਿਆ ਜਾਂਦਾ ਹੈ ਸੁਨਹਿਰੀ ਕਾਲ ਯਾਨੀ ਕਿ ਗੋਲਡਨ ਪੀਰੀਅਡ ਪੰਜਾਬੀ ਸਾਹਿਤ ਦਾ ਜਿਹਦੇ ਵਿੱਚ ਕਾਫੀ ਸਾਰੇ ਪੰਜਾਬੀ ਸਾਹਿਤ ਦੀ ਰਚਨਾ ਕੀਤੀ ਗਈ ਉਹ ਕਾਲ ਕਿਹੜਾ ਹੈਗਾ ਪੂਰਬ ਨਾਨਕ ਕਾਲ ਯਾਨੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਵਾਲਾ ਕਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਾਲ ਮਗਰਲਾ ਨਾਨਕ ਕਾਲ ਜਾਂ ਫਿਰ ਨਾਨਕ ਕਾਲ ਯਾਨੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਟਾਈਮ ਦਾ ਸਮਾਂ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਅਦ ਦਾ ਸਮਾਂ ਕਿਹੜਾ ਜਿਹੜਾ ਸੀਗਾ ਉਹ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ਰਾਈਟ ਸਾਈਡ ਆਨਸਰ ਹੈ ਮਗਰਲਾ ਨਾਨਕ ਕਾਲ ਸੋ ਸਾਡਾ ਰਾਈਟ ਆਨਸਰ ਹੈ ਮਗਰਲਾ ਨਾਨਕ ਕਾਲ ਨੈਕਸਟ ਕੁਐਸਚਨ ਦੇਖ ਲੈਂਦੇ ਆ ਇਹਨਾਂ ਵਿੱਚੋਂ ਕਿਹੜਾ ਪ੍ਰਕਿਰਤੀ ਦਾ ਸ਼ਾਇਰ ਹੈ ਇਹ ਜਿਹੜਾ ਕੁਐਸਚਨ ਹੈ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਕਾਫੀ ਟਾਈਮ ਪੇਪਰਸ ਦੇ ਵਿੱਚ ਰਿਪੀਟ ਹੁੰਦਾ ਹੈ ਤੇ ਆਉਣ ਵਾਲੇ ਐਗਜ਼ਾਮਸ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗਾ ਪ੍ਰਕਿਰਤੀ ਦਾ ਸ਼ਾਇਰ ਕੌਣ ਹੈ ਯਾਨੀ ਕਿ ਜਨਾਦਿਆਂ ਜ਼ਿਆਦਾਤਰ ਜਿਹੜੀ ਸ਼ਾਇਰੀ ਹੈ ਉਹ ਪ੍ਰਕਿਰਤੀ ਨਾਲ ਰਿਲੇਟਡ ਹੈ ਨੇਚਰ ਤੇ ਪਰ ਲਿਖਦੇ ਨੇ ਸ਼ਾਇਰੀ ਪੂਰਨ ਸਿੰਘ, ਮੋਹਨ ਸਿੰਘ, ਭਾਈ ਵੀਰ ਸਿੰਘ ਜਾਂ ਕਿਰਪਾ ਸਾਗਰ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਜੀ ਨੂੰ ਪ੍ਰਕਿਰਤੀ ਦਾ ਸ਼ਾਇਰ ਵੀ ਕਿਹਾ ਜਾਂਦਾ ਹੈ ਰਾਈਟ ਸਾਈਡ ਆਨਸਰ ਹੈ ਭਾਈ ਵੀਰ ਸਿੰਘ ਜੀ ਅਗਲਾ ਕੁਐਸਚਨ ਦੇਖ ਲੈਂਦੇ ਹਾਂ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ ਨਿੱਕੀਆਂ ਕਵਿਤਾਵਾਂ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਤਨਿਰਾਮ ਚਾਤਰੀਕ, ਮੋਹਨ ਸਿੰਘ, ਪੂਰਨ ਸਿੰਘ ਜਾਂ ਫਿਰ भाई भीर सिंह राइट साड़ा आंसर है भाई भीर सिंह जीनू निकिया कवितावं कवि भी किया जाता है प्रकृति का शायर भी किया जाता है ठीक है जी राइट साड़ा आंसर की हो गया भाई भीर सिंह अगला क्वेश्चन देख लेंगे लें आत्मा का कविजाबाबीस कविंग कहा जाता है सो अपा प्रकृति का कवि देख लिया ठीक है जी उस गलती नैक्सट निखिया कवितावाना कवि हूँ आप गल कर रहे आत्मा का कवि पंजाब के किस है बाबा बलवंत प्रोफैसर पूरन सिंह तारण सिंह शमशेर सिंह अशोक प्रोफैसर पूरन सिंह का राइट आंसर है आत्मा का कवि किस जाता है आत्मा का कवि प्रोफैसर पून सिंह जी ने आत्मा का कवि भी कहा जाता है राइट right साडा आंसर है प्रोफेसर पूरन सिंह गुरुमुखी लिपि किस पुरातन लिपि तो उपजी है ब्रह्मी तो सौर सैनी तो खरोसटी तो या देवनागरी तो ब्रह्मी लिपि की जेकर आप गल करिए तो एक पुरातन लिपि तो उपजी है जड़ी है ब्रह्मी ठीक है जी सो जो पुराने टाइम्स से गल कर लीए गुरुमुखी लिपि किड़ी लिपि तो उपजी है राइट आंसर है साडा ब्रह्मी तो ਸੋ ਸسٹرਨ ਜੇਕਰ ਤੁਸੀਂ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਚੈਨਲ ਨੂੰ ਲਾਈਕ ਜਰੂਰ ਕਰ ਦਿਓ ਇਸ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰ ਲਵੋ ਨਾਲ ਹੀ ਨਾਲ ਤੁਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਤਿਆਰੀ ਹੈ ਉਹ ਪੇਪਰ ਤੱਕ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਕੰਪਲੀਟ ਹੋ ਜਾਵੇ ਸੋ ਆਪਾਂ ਸਾਰੇ ਸਬਜੈਕਟਸ ਕਵਰ ਕਰਾਂਗੇ ਪਾਈ ਵੀਰ ਸਿੰਘ ਇਸ ਕਵੀ ਤਾਰਾ ਦਾ ਕਵੀ ਹੈ ਰੋਮਾਂਟਿਕ ਪ੍ਰਗਤੀਵਾਦੀ ਯਥਾਰਥਵਾਦੀ ਜਾਂ ਰਹਿਤ ਸਵਾਦੀ ਕਿਸ ਕਵਿਤਾ ਰਾ ਦੇ ਕਵੀ ਨੇ ਰਾਈਟ ਆਨਸਰ ਹੈ ਰਹਿਤ ਸਵਾਦੀ ਪਾਈ ਵੀਰ ਸਿੰਘ ਜੀ ਰਹਿਤ ਸਵਾਦੀ ਕਵਿਤਾ ਰਾ ਦੇ ਕਵੀ ਹਨ ਪੰਜਾਬੀ ਵਿੱਚ ਸ਼ੁੱਧ ਵਿਅੰਜਨ ਕਿੰਨੇ ਹੁੰਦੇ ਆ 28 31 ਸਾਈ ਜਾਂ ਫਿਰ 29 ਸੋ ਇਹਦਾ ਕੁਐਸਚਨ ਹੈ ਪੰਜਾਬੀ ਗ੍ਰਾਮਰ ਨਾਲ ਰਿਲੇਟਡ ਹੈ ਰਾਈਟ ਆਨਸਰ ਹੈ ਸਾਡਾ 29 ਸ਼ੁੱਧ ਵਿਅੰਜਨ ਕਿੰਨੇ ਹੁੰਦੇ ਨੇ ਪੰਜਾਬੀ ਦੇ ਵਿੱਚ 29 ਪੰਜਾਬੀ ਦੇ ਵਿੱਚ ਸ਼ੁੱਧ ਸਵਰ ਹੁੰਦੇ ਹਨ ਸੋ ਉੱਪਰ ਆਪਾਂ ਗੱਲ ਕੀਤੀ ਵਿਅੰਜਨਾਂ ਦੀ ਸ਼ੁੱਧ ਵਿਅੰਜਨ ਹਨ 29 ਸ਼ੁੱਧ ਸਵਰਾਂ ਦੀ ਗੱਲ ਕਰ ਲਈਏ ਸ਼ੁੱਧ ਸਵਰ ਕਿੰਨੇ ਹਨ 10 ਪੰਜਾਬੀ ਦੇ ਹੋਠੀ ਵਿਅੰਜਨ ਪੱਪਾ ਗਾ ਦਾ ਠੱਠਾ ਡੱਡਾ ਪੱਪਾ ਨੰਨਾ ਪੱਪਾ ਨਾਣਾ ਫਫਾ ਡੱਡਾ ਯੀਆ ਮੰਮਾ ਠੱਡਾ ਪੱਪਾ ਫਫਾ ਬੱਬਾ ਪੱਪਾ ਮੰਮਾ ਰਾਈਟ ਆਨਸਰ ਹੈ ਸਡਾ ਪੱਪਾ ਫਫਾ ਬੱਬਾ ਪੱਪਾ ਮੰਮਾ ਸੋ ਜੇਕਰ ਆਪਾਂ ਇਹ ਜਿਹੜੇ ਅੱਖਰ ਹੈਗੇ ਆ ਬੋਲਦੇ ਆ ਜਦੋਂ ਆਪਾਂ ਇਹ ਅੱਖਰ ਤਾਂ ਕੀ ਹੁੰਦੇ ਨੇ ਹੋਠ ਜਿਹੜੇ ਆਪਸ ਦੇ ਵਿੱਚ ਟਕਰਾਂਦੇ ਆ ਇਸ ਲਈ ਇਹਨਾਂ ਨੂੰ ਹੋਠੀ ਵਿਅੰਜਨ ਕਿਹਾ ਜਾਂਦਾ ਹੈ ਪੱਪਾ ਫਫਾ ਬੱਬਾ ਬੱਬਾ ਮੰਮਾ ਨੈਕਸਟ ਕੁਐਸ਼ਨ ਦੇਖ ਲੈਂਦੇ ਆ ਪੰਜਾਬੀ ਵਾਕ ਦੀ ਤਰਤੀਬ ਹੈ ਕਿਰਿਆ ਕਰਮ ਕਰਤਾ ਕਰਮ ਕਰਤਾ ਕਿਰਿਆ ਕਰਤਾ ਕਰਮ ਕਿਰਿਆ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਪੰਜਾਬੀ ਵਾਕ ਦੀ ਤਰਤੀਬ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਸਹੀ ਪੈਟਰਨ ਹੈ ਪਹਿਲਾਂ ਇੱਕ ਕਰਤਾ ਹੁੰਦਾ ਹੈ ਉਹ ਕਰਮ ਕਰਦਾ ਹੈ ਤੇ ਕਿਰਿਆ ਹੁੰਦੀ ਹੈ ਰਾਈਟ ਆਨਸਰ ਹੈ ਸਾਡਾ ਕਰਤਾ ਕਰਮ ਕਿਰਿਆ ਆਪਸ਼ਨ 3 ਸਾਡਾ ਰਾਈਟ ਆਨਸਰ ਹੈ ਕਰਤਾ ਕਰਮ ਕਿਰਿਆ पंजाबी दा पहला व्याकरण लिख्या है पंजाबी का फस्ट व्याकरण यानी कि व्याकरण मीनस ग्रैमर लिखा है कि द्वारा लिखी गई है जॉन बेम्स विलियम कैरी ईपी न्यूटन या ब्लूमफील्ड विलीयम कैरी का नेम तो जरूर सुने होगा विलीयम कैरी पंजाबी का फस्ट व्याकरण है वह विलीयम कैरी जी देा लिखा गया है राइट आंसर है साढ़ा ऑप्शन टू ਸੋ ਜੇਕਰ ਤੁਹਾਡੇ ਕੋਈ ਕੁਐਸ਼ਨਸ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਜੇਕਰ ਪੰਜਾਬ ਦੇ ਵਿੱਚ ਜੜੀਆਂ ਵੀ ਨਿਊ ਜੋਬਸ ਆndੀਆਂ ਨੇ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਣ ਜਾਂ ਫਿਰ ਗਵਰਨਮੈਂਟ ਸੈਕਟਰ ਦੇ ਵਿੱਚ ਉਹਨਾਂ ਦੀ ਰੈਗੂਲਰ ਅਪਡੇਟ ਤੁਹਾਨੂੰ ਸਾਡੇ YouTube ਚੈਨਲ ਤੇ ਅਵੇਲੇਬਲ ਹੋ ਜਾਂਦੀ ਹੈ ਨਾਲ ਹੀ ਨਾਲ ਸਾਡੇ Telegram ਚੈਨਲ ਤੇ ਵੀ ਅਵੇਲੇਬਲ ਹੋ ਜਾਂਦੀ ਹੈ ਸੋ ਤੁਸੀਂ ਸਾਡੇ Telegram ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਪੰਜਾਬੀ ਭਾਸ਼ਾ ਦੇ ਲਿਪੀ ਵਿੱਚ ਕਿੰਨੇ ਲਗਾਖਰ ਜਾਂ ਸਵਰਵਾਹਕ ਹਨ ਲਗਾਖਰਾਂ ਦੀ ਗੱਲ ਕੀਤੀ ਗਈ ਹੈ 1 2 3 ਜਾਂ 4 ਰਾਈਟ ਸਾਈਡ ਆਨਸਰ ਹੈ 3 ਠੀਕ ਹੈ ਤੇ ਇੱਕ ਹੋਰ ਜਿਹੜੀ ਨਵੀਂ ਚੀਜ਼ ਤੁਸੀਂ ਸਿੱਖਣੀ ਹੈ ਕਿ ਲਗਾਖਰਾਂ ਨੂੰ ਸਵਰਵਾਹਕ ਵੀ ਕਿਹਾ ਜਾਂਦਾ ਹੈ ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ ਪੇਪਰ ਦੇ ਵਿੱਚ ਲਗਾਖਰ ਦਿੱਤਾ ਗਿਆ ਹੈ ਜਾਂ ਸਵਰਵਾਹਕ मीनिंग ਸੇਮ ਹੈ ਤਿੰਨ ਲਗਾਖਰ ਨੇ ਉਹ ਕਿਹੜੇ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਨੈਕਸਟ ਕੁਐਸਚਨ ਦੇਖ ਲੈਂਦੇ ਆ ਪੰਜਾਬ ਦੀ ਕਿਹੜੀ ਧੁਨੀ ਅਖੰਡੀ ਹੈ ਸਵਰ ਵਿਅੰਜਨ ਗੁੱच्छੇ ਵਿਅੰਜਨ ਜਾਂ ਨਾਸਿਕਤਾ ਅਖੰਡੀ ਧੁਨੀ ਕਿਹੜੀ ਹੈ ਨਾਸਿਕਤਾ ਨੂੰ ਅਖੰਡੀ ਧੁਨੀ ਵੀ ਕਿਹਾ ਜਾਂਦਾ ਹੈ ਗੁਰਮੁਖੀ ਦੇ ਊੜਾ ਅਤੇ ਈੜੀ ਹਨ ਊੜਾ ਤੇ ਈੜੀ ਗੁਰਮੁਖੀ ਦੇ ਊੜਾ ਐੜਾ ਤੇ ਈੜੀ ਜਿਹੜਿਆ ਤਿੰਨ ਅੱਖਰ ਨੇ ਊੜਾ ਐੜਾ ਤੇ ਈੜੀ ਇਹਨਾਂ ਦੇ ਬਾਰੇ ਪੁੱਛਿਆ ਗਿਆ ਕੀ ਹਨ ਇਹ ਸਵਰ ਤੁਨੀਆ ਵਿਅੰਜਨ ਅਰਧ ਸਵਰ ਯਾ ਸਵਰਵਾਹਕ ਸੋ ਆਪਾਂ ਉੱਪਰ ਪੜ ਕੇ ਆ ਰਹੇ ਹਾਂ ਸਵਰਵਾਹਕ ਆਪਾਂ ਉੱਪਰ ਪੜ ਕੇ ਆਏ ਸੀ ਹਜੀ ਸਵਰਵਾਹਕਾਂ ਬਾਰੇ ਤੇ ਪੜ ਕੇ ਆਏ ਸੀ ਕਿ ਕਿਹੜੇ ਨੇ ਤਿੰਨ ਅੱਖਰ ਜਿਹੜੇ ਸਵਰਵਾਹਕ ਨੇ ਊੜਾ ਐੜਾ ਤੇ ਈਡੀ ਪੰਜਾਬੀ ਨਾਲ ਸੰਬੰਧਿਤ ਕਿਹੜੀ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਪੰਜਾਬੀ ਨਾਲ ਸੰਬੰਧਿਤ ਉਪਭਾਸ਼ਾ ਹੈ ਕੋਈ ਜਿਹਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਵੀ ਰੱਖਿਆ ਗਿਆ ਹੈ ਕਿਹੜੀ ਹੈ ਉਹ ਕਾਂਗੜੀ ਡੋਗਰੀ ਗੁਜਰੀ ਜਾਂ ਪੁਣਜੀ ਡੋਗਰੀ ਸੜਾ ਰਾਈਟ ਆਨਸਰ ਹੈ ਸੋ ਕਹਰੇ ਹਨ ਡੋਗਰੀ ਕਜੀ ਹੀ ਭਾਸ਼ਾ ਹੈ ਜਿਹੜੀ ਕਿ ਉਪ ਭਾਸ਼ਾ ਹੈ ਪਾਰਿਸ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਵੀ ਰੱਖਿਆ ਗਿਆ ਹੈ ਨੈਕਸਟ ਕੁਐਸਚਨ ਦੇਖ ਲੈਂਦੇ ਆ 12 ਸਾਲਾਂ ਦੇ ਲੰਬੇ ਸਮੇਂ ਨੂੰ ਕੀ ਕਿਹਾ ਜਾਂਦਾ ਹੈ ਜਿਵੇਂ 100 ਸਾਲਾਂ ਦੇ ਟਾਈਮ ਨੂੰ ਸਦੀ ਕਿਹਾ ਜਾਂਦਾ ਹੈ ਹੈ ਜੀ ਕੁਐਸਚਨ ਆ ਸਕਦਾ ਹੈ ਕਿ 100 ਸਾਲ ਦੇ ਸਮੇਂ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਸਦੀ ਇਸੀ ਤਰ੍ਹਾਂ ਜੇਕਰ 12 ਸਾਲ ਦਾ ਟਾਈਮ ਕੰਪਲੀਟ ਹੋ ਜਾਵੇ ਉਹਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਕੁੰਭ ਪੰਜਾਬੀ ਦੇ ਵਿੱਚ ਕਹਿੰਦੇ ਨੇ ਇੱਕ ਕੁੰਭ 12 ਸਾਲਾਂ ਦੇ ਜੋ ਪੀਰੀਅਡ 12 ਸਾਲਾਂ ਦਾ ਓਵਰ ਹੋ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਇੱਕ ਕੁੰਭ ਕੰਪਲੀਟ ਹੋ ਗਿਆ ਜਿਵੇਂ ਕਿ 12 ਮਹੀਨੇ ਹੋ ਗਏ ਤਾਂ ਕੀ ਹੋ ਗਿਆ ਇੱਕ ਸਾਲ 12 ਸਾਲ ਹੋ ਗਏ ਕੀ ਹੋ ਗਿਆ ਇੱਕ ਕੁੰਭ 100 ਸਾਲ ਹੋ ਗਏ ਕੀ ਹੋ ਗਿਆ ਇੱਕ ਸਦੀ ਨੈਕਸਟ ਕੁਐਸਚਨ ਹੈ ਬਿਕਰਮੀ ਸਮੰਤ ਕੀ ਹੈ ਤੇ ਆਣਾ ਚੀਜ਼ ਹੈ ਜਿਹੜਾ ਵਰਡ ਹੈ ਬਿਕਰਮੀ ਸੰਮਤ ਕਾਫੀ ਟਾਈਮ ਪੜਿਆ ਹੋਵੇਗਾ ਪਰ ਕਾਫੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਬਿਕਰੀ ਸੰਮਤ ਬਿਕਰਮੀ ਸੰਮਤ ਕੀ ਹੈ ਠੀਕ ਹੈ ਸੋ ਦੇਖ ਲੈਂਦੇ ਇਹਦੇ ਬਾਰੇ ਇਸ ਵੀ ਸਾਲ ਤੋਂ 57 ਸਾਲ ਅੱਗੇ ਠੀਕ ਹੈ ਯਾਨੀ ਕਿ ਜਿਹੜਾ ਸਾਲ ਚੱਲ ਰਿਹਾ ਹੈ ਇਹਦੇ ਵਿੱਚ 57 ਸਾਲ ਐਡ ਕਰ ਦੋ ਉਹਨੂੰ ਬਿਕਰਮੀ ਸੰਮਤ ਕਿਹਾ ਜਾਊਗਾ ਜਿਵੇਂ ਕਿ ਮੰਨ ਲਓ ਕਿ ਅੱਜ 2021 ਚੱਲ ਰਿਹਾ ਹੈ ਚਲੋ 2022 ਚੱਲ ਰਿਹਾ ਹੈ ਆਪਾਂ ਲਿਆ ਐਗਜ਼ਾਮਪਲ ਕਿ 2021 ਚੱਲ ਰਿਹਾ ਹੈ ਬਿਕਰਮੀ ਸੰਮਤ ਕੀ ਹੋਵੇਗਾ 2021 57 2078 ਤੇ ਜੇਕਰ 2022 ਤੋਂ ਲਗਾਈਏ 2022 ਚੱਲ ਰਿਹਾ ਹੈ ਇਹਦੇ ਵਿੱਚ ਆਪਾਂ 57 ਐਡ ਕਰ ਦਵਾਂਗੇ ਹੋ ਜਾਏਗਾ 2079 ਬਿਕਰਮੀ ਸੰਮਤ ਕੀ ਹੋਵੇਗਾ 2079 ਕਿ ਜਿਹੜਾ ਸਾਲ ਚੱਲਦਾ ਪਿਆ ਉਹਦੇ ਵਿੱਚ 57 ਸਾਲ ਐਡ ਕਰ ਲਈ ਜਾਣ ਸੋ ਆ ਤੁਸੀਂ ਚੀਜ਼ ਯਾਦ ਰੱਖੋ ਕਿੰਨੇ ਸਾਲ ਆਪ ਐਡ ਕਰਦੇ ਵੇ ਵਿੱਚ 57। ਕਿ ਇਹ ਜੀਕੇ ਦਾ ਕੁਐਸਚਨ ਹੈ ਜਰਨਲ ਨੋਲੇਜ ਦਾ। ਸੋ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਉਮੀਦ ਹੈ ਕਿ ਵੀਡੀਓ ਤੁਹਾਨੂੰ ਕਾਫੀ ਪਸੰਦ ਆਈ ਹੋਵੇਗੀ, ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਕਮੈਂਟ ਬਾਕਸ 'ਚ ਆਪਣੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ।